ਆਏ ਨੇ, ਇਹਨਾਂ ਕੋਲ ਬਹੁਤ ਗਿਆਨ ਹੈ। ਤੁਸੀਂ ਜਿਹੜਾ ਮਰਜ਼ੀ ਕੁਐਸਚਨ ਪੁੱਛੋ ਆਪਣੀ ਲਾਈਫ ਦੇ ਵਿੱਚ ਸੈੱਟ ਹੋਣ ਦੇ ਲਈ, ਕੋਈ ਵੀ ਕੁਐਸਚਨ ਪੁੱਛੋ, ਉਹਦਾ ਆਨਸਰ ਇਹ ਕਰ ਸਕਦੇ ਨੇ। ਸਾਇੰਟਿਸਟ ਦੇ ਨਾਲ ਵੀ ਰਹੇ ਨੇ ਇਹਨਾਂ ਨੇ, ਉਹਨਾਂ ਨਾਲ ਕੰਮ ਵੀ ਕੀਤਾ। ਸੋ ਅਗਰ ਤੁਸੀਂ ਚਾਹੋ ਆਪਣੀ ਲਾਈਫ ਦੇ ਵਿੱਚ ਕੁਛ ਬਣਨਾ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਬੜੇ ਸਵਾਲ ਹੋਣਗੇ, ਤੁਸੀਂ ਇਹਨਾਂ ਨਾਲ ਸਾਂਝੇ ਕਰ ਸਕਦੇ ਹੋ। ਸਾਡੇ ਵਿੱਚ ਵੀਰ ਹਰਮਨਪਾਲ ਸਿੰਘ ਜੀ, ਉਹ ਵੀ ਪਹੁੰਚੇ ਨੇ, ਜੋ ਕਿ CBSE ਵੱਲੋਂ ਕਰੀਅਰ ਗਾਈਡੈਂਸ ਦਿੰਦੇ ਨੇ, ਜਿੰਨਾ ਕੁ ਮੈਨੂੰ ਪਤਾ ਲੱਗਿਆ ਸੀ। ਹੁਣੇ ਵੀਰ ਜੀ ਨਾਲ ਸਾਂਝ ਪਈ ਹੈ, ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਕਿਰਪਾ ਕਰਕੇ ਅੱਗੇ ਆ ਜਾਣ ਜੀ, ਵੀਰ ਹਰਮਨਪਾਲ ਸਿੰਘ ਜੀ। ਇਸ ਤੋਂ ਬਾਅਦ ਉਹਨਾਂ ਨੇ 15-20 ਮਿੰਟ ਸਾਡੇ ਨਾਲ ਲਗਾਉਣੇ ਨੇ। ਸੋ ਇਹਨਾਂ ਨੇ ਕਰੀਅਰ ਗਾਈਡੈਂਸ ਦੇ ਬਾਰੇ ਕਿ ਅਸੀਂ ਆਪਣੇ ਏਮ ਨੂੰ ਕਿਵੇਂ ਸਿਲੈਕਟ ਕਰ ਸਕਦੇ ਹਾਂ, ਅਸੀਂ ਅੱਗੇ ਕੁਝ ਬਣਨਾ ਚਾਹੁੰਦੇ ਹਾਂ ਤਾਂ ਕਿਵੇਂ ਬਣ ਸਕਦੇ ਹਾਂ, ਤਾਂ ਇਹਨਾਂ ਨੇ ਉਹ ਗੱਲਾਂ ਸਾਡੇ ਨਾਲ ਸਾਂਝੀਆਂ ਪਾਣੀਆਂ ਨੇ। ਸੋ ਬੇਨਤੀ ਹੈ ਸਾਰਿਆਂ ਨੇ ਬੜੇ ਧਿਆਨ ਨਾਲ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੂੰ ਅੱਜ ਮੈਂ ਕੁਛ ਉਹਨਾਂ ਦੇ ਫਿਊਚਰ ਬਾਰੇ ਕਿ ਉਹਨਾਂ ਨੇ ਭਵਿੱਖ ਵਿੱਚ ਕੀ ਬਣਨਾ ਹੈ, ਕੀ ਉਹਨਾਂ ਦੇ ਡ੍ਰੀਮਸ ਹੈਗੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਹੈਗਾ, ਕਿਸ ਤਰ੍ਹਾਂ ਅੱਗੇ ਵਧਣਾ ਜ਼ਿੰਦਗੀ ਦੇ ਵਿੱਚ, ਅਤੇ ਘਬਰਾਉਣਾ ਨਹੀਂ ਅਤੇ ਮਿਹਨਤ ਕਰਨੀ ਅਤੇ ਆਪਣੇ ਨੂੰ ਆਪਣੇ ਇੱਕ ਐਸਾ ਹੁਨਰ ਦੇਣਾ ਹੈ ਕਿ ਜਿਸ ਹੁਨਰ ਨਾਲ ਸਾਰੀ ਜ਼ਿੰਦਗੀ ਆਰਾਮ ਨਾਲ ਬਿਤਾ ਸਕਣ। ਕਿਉਂਕਿ ਅੱਜ ਕੱਲ੍ਹ ਸਰਕਾਰੀ ਨੌਕਰੀਆਂ ਥੋੜ੍ਹੀਆਂ ਘੱਟ ਨੇ ਅਤੇ ਗੌਰਮੈਂਟ ਜਾਂ ਪੰਜਾਬ ਜਾਂ ਸੈਂਟਰਲ ਗੌਰਮੈਂਟ ਇੰਨੇ ਜੋਬਸ ਨਹੀਂ ਨੇ, ਕੈਂਡੀਡੇਟਸ ਬਹੁਤ ਜ਼ਿਆਦਾ ਹੈਗੇ ਨੇ, ਅਤੇ ਬੱਚਾ ਅਗਰ ਖੁਦ ਆਪਣੇ ਆਪ ਨੂੰ ਡਿਵੈਲਪ ਕਰਕੇ ਆਪਣੇ ਟੈਲੈਂਟ ਨੂੰ ਵਧਾਏ ਤਾਂ ਫਿਰ ਉਹ ਬਹੁਤ ਜ਼ਿੰਦਗੀ ਸਕਸੈਸਫੁਲ ਹੋ ਸਕਦਾ। ਆਪਣੇ ਬੱਚੇ ਨੂੰ ਪਹਿਲੇ ਤਾਂ ਦੇਖਣਾ ਕਿ ਉਹਦੀ ਮੈਰਿਟ ਕਿੰਨੀ ਹੈਗੀ। ਅਗਰ ਬੱਚਾ ਅਕੈਡਮਿਕਲੀ ਬਹੁਤ ਬ੍ਰਿਲੀਅੰਟ ਹੈਗਾ ਤਾਂ ਉਹਦੇ ਵਾਸਤੇ ਅਲੱਗ ਕੋਰਸਿਸ ਨੇ। ਅਗਰ ਬ੍ਰਿਲੀਅੰਸ ਥੋੜ੍ਹੀ ਘੱਟ ਹੈ, ਐਵਰੇਜ ਹੈ ਜਾਂ ਬਿਲੋ ਐਵਰੇਜ ਹੈ, ਤਾਂ ਵੀ ਘਬਰਾਉਣ ਦੀ ਜ਼ਰੂਰਤ ਨਹੀਂ। ਹਰ ਫੀਲਡ ਵਿੱਚ, ਚਾਹੇ ਉਹ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਅੱਛਾ ਨਹੀਂ ਹੈ, ਫਿਰ ਵੀ ਅਪੋਰਚੁਨਿਟੀਜ਼ ਦੀ ਕੋਈ ਕਮੀ ਨਹੀਂ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਮੈਂ ਰਸ਼ੀਆ 'ਚ ਇੱਕ ਜਗ੍ਹਾ 'ਤੇ, ਮੋਸਕੋ ਦੇ ਗਿਆ, ਇੱਕ ਉੱਥੇ ਮੋਚੀ ਸੀਗਾ, ਮੋਚੀ ਜਿਹੜਾ ਹੈਗਾ ਉਹਦੇ ਕੋਲ ਇਤਨੀ ਭੀੜ ਲੱਗੀ ਹੋਈ ਸੀ ਅਤੇ ਉਹ ਪੜ੍ਹਿਆ ਲਿਖਿਆ ਨਹੀਂ ਸੀਗਾ, ਮਗਰ ਬੜੇ ਬੜੇ ਵੱਡੇ ਵੱਡੇ ਲੋਕ ਕਿਊ 'ਚ ਲੱਗੇ ਹੋਏ ਸਨ, ਕਿਉਂਕਿ ਉਹਨੇ ਇੱਕ ਸਕਿੱਲ ਸਿੱਖੀ ਹੈ ਕਾਬਲਰ ਦੀ। ਉੱਥੇ ਫੋਰਨ ਕੰਟਰੀਜ਼ ਕੋਈ ਵੀ ਛੋਟਾ ਵੱਡਾ ਕੰਮ ਨਹੀਂ ਹੁੰਦਾ, ਸਾਰੇ ਕੰਮ ਵੱਡੇ ਨੇ। ਅਗਰ ਇੱਕ ਕੰਪਨੀ ਦਾ ਇੱਕ ਚੇਅਰਮੈਨ ਹੈਗਾ ਅਤੇ ਉਹ ਕੱਲ੍ਹ ਅਗਰ ਨੌਕਰੀ ਉਤਰ ਜਾਏਗੀ ਤਾਂ ਕਿਸੇ ਰੈਸਟੋਰੈਂਟ 'ਚ ਕੰਮ ਕਰਨਾ ਸ਼ੁਰੂ ਕਰ ਦੇਗਾ। ਤਾਂ ਉੱਥੇ ਜਿਹੜੀ ਕੰਮ ਦੀ ਬੜੀ ਵੈਲਿਊ ਹੈਗੀ। ਇੱਕ ਅਮੈਰੀਕਾ ਦੇ ਵਿੱਚ ਇੱਕ ਕੰਪਨੀ ਹੈਗੀ ਡਿਊਪੋਂਟ, ਉਹ 1974 'ਚ ਕੰਪਨੀ ਫੇਲ ਹੋ ਗਈ, 6000 ਉਹਦੇ 'ਚ ਇੰਜੀਨੀਅਰਸ ਕੰਮ ਕਰ ਰਹੇ ਸਨ ਅਤੇ ਉਹਦੇ ਚੇਅਰਮੈਨ ਨੇ ਕਹਿਤਾ ਬਈ ਤੁਸੀਂ ਹੁਣ ਕੰਪਨੀ ਬੰਦ ਕਰ ਲਈਏ ਅਸੀਂ, ਅਤੇ ਤੁਸੀਂ ਆਪਣੀਆਂ ਨੌਕਰੀਆਂ ਢੂੰਡੋ, ਅਤੇ ਤੁਸੀਂ ਜਾਂ ਰਿਜ਼ਾਈਨ ਕਰ ਦਿਓ ਜਾਂ ਤੁਹਾਨੂੰ ਨੌਕਰੀ ਤੋਂ ਕਟਾ ਦਿਆਂਗੇ। ਅਤੇ ਇੱਕ ਜੂਨੀਅਰ ਰਿਸਰਚ ਇੰਜੀਨੀਅਰ ਸੀਗਾ, ਉਹਨੇ ਕਿਹਾ ਮੇਰੇ ਕੋਲ, ਸਰ ਮੇਰੇ ਕੋਲ ਇੱਕ ਆਈਡੀਆ ਹੈਗਾ ਅਤੇ ਮੈਂ ਤੁਹਾਡੀ ਕੰਪਨੀ ਨੂੰ ਬਚਾ ਸਕਦਾ। ਉਹਨੇ ਚੇਅਰਮੈਨ ਨੇ ਉਹਦਾ ਆਈਡੀਆ ਸੁਣਿਆ ਅਤੇ ਉਹਨੇ ਕਿਹਾ ਠੀਕ ਹੈ, ਮੈਂ ਤੁਹਾਨੂੰ 1 ਮਹੀਨੇ ਦਾ ਟਾਈਮ ਦੇਣਾ, ਤੂੰ 1 ਮਹੀਨੇ ਵਿੱਚ ਸਾਡੀ ਕੰਪਨੀ ਨੂੰ ਠੀਕ ਕਰਕੇ ਦਿਖਾ ਦੇ, ਅਤੇ ਮੈਂ ਸਾਰੇ 6000 ਦੇ 6000 ਬੰਦੇ ਨੇ ਉਹ ਵਾਪਸ ਉਹਨਾਂ ਨੂੰ ਨੌਕਰੀ ਤੋਂ ਨਹੀਂ ਕੱਢਾਂਗਾ। ਫਿਰ ਉਹਨੇ ਇੱਕ ਆਈਡੀਆ ਦਿੱਤਾ ਜੋ ਕਿ 1974 ਤੋਂ ਅੱਜ ਤੱਕ ਉਹ ਕੰਪਨੀ ਦੁਨੀਆ ਦੀ ਇਸ ਫੀਲਡ ਦੀ ਨੰਬਰ 1 ਕੰਪਨੀ ਹੈ। ਉਸ ਪ੍ਰੋਡਕਟ ਦਾ ਨਾਂ ਹੈ ਟੈਫਲੋਨ। ਟੈਫਲੋਨ ਉਹਨੇ ਦੱਸਿਆ ਵੀ ਤੁਸੀਂ ਟੈਫਲੋਨ ਬਣਾਓ, ਟੈਫਲੋਨ ਦੇ ਪਾਈਪ, ਟੈਫਲੋਨ ਦੀਆਂ ਸ਼ੀਟਸ, ਉਹ ਤੁਸੀਂ ਘਰ ਘਰ ਵੀ ਟੈਫਲੋਨ ਦੀ ਤੁਸੀਂ ਕੁਕਿੰਗ ਵਿੱਚ ਵੀ ਯੂਜ ਕਰਦੇ ਹੋ, ਟੈਫਲੋਨ ਕੋਟਿੰਗ ਕੋਟਿਡ ਬਰਤਨ ਜਿਹੜੇ ਹੈਗੇ ਨੇ ਉਹ ਇਸਤੇਮਾਲ ਕਰਦੇ ਹੋ। ਅਤੇ ਇੱਕ ਮਤਲਬ ਜੂਨੀਅਰ ਇੰਜੀਨੀਅਰ ਇੰਨੀ ਵੱਡੀ ਕੰਪਨੀ ਨੂੰ ਸੇਵ ਕਰ ਗਿਆ, ਬਚਾ ਗਿਆ, ਉਹ ਕੰਪਨੀ ਬਰਬਾਦੀ ਦੇ ਬਿਲਕੁਲ ਨੁੱਕਰ 'ਤੇ ਖੜ੍ਹੀ ਸੀ। ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਐਗਜ਼ਾਮਪਲ ਨੇ ਜਿਹੜੇ ਹੈਗੇ ਨੇ। ਤਾਂ ਤੁਸੀਂ ਇਹ ਦੇਖਣਾ ਹੈਗਾ ਕਿ ਤੁਹਾਡੇ ਕੋਲ ਰਿਸੋਰਸਿਸ ਕਿੰਨੇ ਨੇ। ਅਗਰ ਤੁਹਾਡੇ ਕੋਲ ਰਿਸੋਰਸਿਸ ਬਹੁਤ ਜ਼ਿਆਦਾ ਨੇ, ਅਕੈਡਮਿਕ ਬ੍ਰਿਲੀਅੰਸ ਬਹੁਤ ਜ਼ਿਆਦਾ ਹੈ, ਅਤੇ ਫਿਰ ਆਪਣੇ ਆਪ ਨੂੰ ਇਵੈਲੂਏਟ ਕਰੋ। ਤੁਸੀਂ IAS, IPS, PCS, ਪੰਜਾਬ ਗੌਰਮੈਂਟ, ਸੈਕਟਰੀਏਟ, ਕੋਰਟ, ਲਾਅ, ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਫੈਸ਼ਨਸ ਹੈਗੇ ਨੇ। ਤੁਸੀਂ ਕੋਰਟ ਦੇ, ਹਾਈ ਕੋਰਟ ਜਾਂ ਛੋਟੇ ਕੋਰਟ ਦੇ, ਕੰਜ਼ਿਊਮਰ ਕੋਰਟ ਜਾਂ ਛੋਟੇ ਕੋਰਟ ਦੇ ਜੱਜ ਵੀ ਬਣ ਸਕਦੇ ਹੋ। ਹੋਰ ਘੱਟ ਕੁਆਲੀਫਿਕੇਸ਼ਨ ਲੈਣੀ ਹੈ ਅਤੇ ਐਡਵੋਕੇਟ ਬਣ ਸਕਦੇ ਹੋ। ਹੋਰ ਅਗਰ ਪਰ ਕਈ ਵਾਰੀ ਕੀ ਹੁੰਦਾ ਕਿ ਬੰਦਾ ਜਿਹੜਾ ਕਿ ਕਹਿੰਦਾ ਕਿ ਮੇਰੇ ਕੋਲ ਰਿਸੋਰਸਿਸ ਨਹੀਂ ਹੈਗੇ, ਨਾ ਮੇਰੇ ਮਾਂ ਪਿਓ ਕੋਲ ਪੈਸਾ ਹੈਗਾ, ਪਰ ਮੈਂ ਅੱਗੇ ਵਧਣਾ ਚਾਹੁੰਦਾ, ਉਹਦੇ ਵਾਸਤੇ ਤੁਸੀਂ ਸਕਿੱਲ ਐਕੁਆਇਰ ਕਰੋ। ਇੰਡੀਆ ਦੇ ਵਿੱਚ ਬਹੁਤ ਸਾਰੇ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟਸ ਹੈਗੇ ਨੇ ਜਿਹਦੇ ਵਿੱਚ ਸਪੈਸ਼ਲਾਈਜ਼ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕੁਆਲੀਫਿਕੇਸ਼ਨ ਜਾਂ 10ਵੀਂ ਜਾਂ 12ਵੀਂ ਹੈਗੀ। ਚੰਡੀਗੜ੍ਹ ਵਿੱਚ ਵੀ ਹੈਗੇ ਨੇ, ਸ਼ਾਇਦ ਮੋਹਾਲੀ ਵਿੱਚ ਵੀ ਹੋਣਗੇ,
ਅਸੀਂ ਗੂਗਲ 'ਤੇ ਟਾਈਪ ਕਰੋਗੇ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ, ਤੁਹਾਨੂੰ ਅਲੱਗ ਅਲੱਗ ਕੋਰਸਿਸ ਜਿਸ ਤਰ੍ਹਾਂ ਵੈਲਡਰ, ਕਾਰਪੈਂਟਰ ਔਰ ਮੋਟਰ ਮਕੈਨਿਕ, ਆਟੋ ਮਕੈਨਿਕ, ਟੈਲੀਕਾਮ ਸਪੈਸ਼ਲਿਸਟ, ਮੋਬਾਈਲ ਰਿਪੇਅਰ, ਇਸ ਤਰ੍ਹਾਂ ਦੇ ਕਈ 100 ਦੀ ਤਰ੍ਹਾਂ ਦੇ ਪ੍ਰੋਫੈਸ਼ਨ ਮਿਲ ਜਾਣਗੇ। ਉਹ ਇੱਕ ਵਾਰੀ ਤੁਸੀਂ ਇੱਕ ਪ੍ਰੋਫੈਸ਼ਨ ਜਾਂ 2-3 ਪ੍ਰੋਫੈਸ਼ਨ ਵਿੱਚ ਸਿੱਖ ਸਕਦੇ ਹੋ। ਸਪੋਜ਼ ਤੁਸੀਂ ਅੱਛੇ ਇਲੈਕਟ੍ਰੀਸ਼ੀਅਨ ਬਣ ਗਏ, ਤੁਸੀਂ ਹੋਰ ਇੱਕ ਹੋਰ ਐਡੀਸ਼ਨਲ ਕੁਆਲੀਫਿਕੇਸ਼ਨ ਵੀ ਐਕਵਾਇਰ ਕਰ ਸਕਦੇ ਹੋ, ਅਤੇ ਤੁਹਾਨੂੰ ਜ਼ਿੰਦਗੀ 'ਚ ਬਹੁਤ ਬਾਹਰ ਵੀ ਓਪਰਚੁਨਿਟੀਜ਼ ਬੜੀਆਂ ਨੇ। ਕਈ ਕੰਟਰੀਜ਼ ਐਸੀਆਂ ਹੈਗੀਆਂ ਨੇ ਜਿਹੜੀਆਂ ਕਿ ਕਈ ਮੁਲਕ ਐਸੇ ਹੈਗੇ ਨੇ ਜਿੱਥੇ ਸਕਿੱਲਡ ਮੈਨ ਪਾਵਰ ਦੀ ਵੀ ਸ਼ੋਰਟੇਜ ਹੈ। ਇੱਕ ਕੈਨੇਡਾ ਇੱਕ ਕੰਟਰੀ ਹੈ ਜਿੱਥੇ ਕਿ ਉਹਨਾਂ ਨੂੰ ਇੰਡੀਅਨ ਇੰਜੀਨੀਅਰਸ ਨਹੀਂ ਚਾਹੀਦੇ, ਉਹ ਚਾਹੁੰਦੇ ਨੇ ਸਾਡੇ ਕੋਲ ਇੰਡੀਆ ਦੇ ਐਸੇ ਬੰਦੇ ਸਕਿੱਲਡ ਭੇਜੋ ਜਿਨ੍ਹਾਂ ਨੂੰ ਕੰਮ ਆਉਂਦਾ ਹੋਏ। ਜੇ ਤੁਸੀਂ ਕੰਮ ਕਰਨਾ ਜਾਣਦੇ ਹੋ ਤਾਂ ਤੁਹਾਡੇ ਵਾਸਤੇ ਬਹੁਤ ਅਪੋਰਚੁਨਿਟੀਜ਼ ਨੇ ਅੱਗੇ ਵਧਣ ਦੀਆਂ। ਉੱਥੇ ਜਿਸ ਨੇ ਇਗਜ਼ਾਮਪਲ ਦੱਸਣਾ, ਜਿਹੜੇ ਸੋਲਰ ਸੈੱਲ ਤੁਸੀਂ ਦੇਖਦੇ ਹੋ ਜਿਹਨਾਂ ਨਾਲ ਧੁੱਪ ਤੋਂ ਬਿਜਲੀ ਪ੍ਰੋਡਿਊਸ ਹੁੰਦੀ ਹੈ। ਅਮੈਰੀਕਾ ਦੇ ਵਿੱਚ ਇੱਕ ਅਨਸਕਿੱਲਡ ਵਰਕਰ ਜਿਹੜਾ ਬਹੁਤ ਪੜ੍ਹਿਆ ਲਿਖਿਆ ਨਹੀਂ ਹੈ, ਉਹਨੂੰ ਸਿਰਫ ਇਹ ਸੋਲਰ ਸੈੱਲ ਨੂੰ ਪੋਲਿਸ਼ ਕਰਨਾ ਆਉਂਦਾ ਹੈਗਾ, ਉਹਨੂੰ ਉਹਦੇ ਕੋਲ ਡਿਗਰੀ ਨਹੀਂ ਹੈ। ਅਮੈਰੀਕਾ ਦੇ ਵਿੱਚ ਇੱਕ ਖੂਬੀ ਹੈ ਕਿ 4 ਸਾਲ ਅਗਰ ਤੁਸੀਂ ਕੰਮ ਕਰ ਲਓ ਤਾਂ ਤੁਹਾਨੂੰ ਇੱਕ ਡਿਗਰੀ ਮਿਲ ਜਾਂਦੀ, ਇੱਕ ਡਿਗਰੀ ਦੇ ਬਰਾਬਰ ਹੈ। ਇੰਨੀ ਉੱਥੇ ਵੈਲਿਊ ਹੈ ਸਕਿੱਲ ਦੀ ਅਤੇ ਮਿਹਨਤ ਦੀ, ਕੰਮ ਦੀ, ਕੰਮ ਦੀ ਬਹੁਤ ਰਿਸਪੈਕਟ ਹੈਗੀ। ਅਤੇ ਉਹ ਬੰਦਾ ਮਤਲਬ ਕਿ ਸਿਰਫ ਪੋਲਿਸ਼ ਕਰਨਾ ਜਾਂਦਾ ਹੈ ਸੋਲਰ ਸੈੱਲਸ ਨੂੰ, ਔਰ ਉਸੀ ਦੇ ਬੇਸਿਸ 'ਤੇ ਉਹ ਆਪਣਾ $15,000 ਮਹੀਨੇ ਦਾ ਕਮਾਉਂਦਾ ਹੈ। ਤੋ ਇਸ ਤਰ੍ਹਾਂ ਦੇ ਕਈ ਪ੍ਰੋਫੈਸ਼ਨ ਨੇ। ਇੱਕ ਇੰਡੀਅਨ ਹੈਗਾ, ਉਹਨੇ ਐਗਰੀਕਲਚਰ ਵੀ ਦੇਖੋ ਕਿੰਨੇ ਕਮਾਲ ਕੀਤੇ ਨੇ ਲੋਕਾਂ ਨੇ। ਅਰਜਨਟੀਨਾ ਵਿੱਚ ਤੁਸੀਂ ਨੈੱਟ 'ਤੇ ਵੀ ਪੜਿਆ ਹੈਗਾ, ਇੱਕ ਇੰਡੀਅਨ ਸਿੱਖ ਹੈਗਾ ਫੁੱਲੀ ਟਰਬਨਡ, ਉਹਨੇ ਮੱਕੀ ਮੂੰਗਫਲੀ ਦਾ ਕੰਮ ਸ਼ੁਰੂ ਕੀਤਾ ਖੇਤੀ। ਉਹਨੇ ਥੋੜ੍ਹੀ ਜ਼ਮੀਨ ਲਈ ਅਰਜਨਟੀਨਾ ਵਿੱਚ ਅਤੇ ਉਸ ਤੋਂ ਬਾਅਦ ਉਹਨੇ ਮੱਕੀ ਉਗਾਉਣੀ ਸ਼ੁਰੂ ਕੀਤੀ। ਉਹ ਮੱਕੀ ਉਗਾ ਕੇ ਉਹ ਕਈ ਹਜ਼ਾਰਾਂ ਏਕੜ ਜ਼ਮੀਨ ਉਹਨੇ ਲੈ ਲਈ ਹੈ। ਉਹ ਪੂਰੇ ਵਰਲਡ ਦਾ ਮੂੰਗਫਲੀ ਦਾ ਨੰਬਰ 2 'ਤੇ ਕਿੰਗ ਬਣ ਗਿਆ ਹੈਗਾ। ਉਹਨੂੰ ਸਭ ਦੁਨੀਆ ਤੋਂ ਮੂੰਗਫਲੀ ਦੇ ਪੀਨਟ ਕਿੰਗ ਨਾਲ ਜਾਣਦੇ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਫੈਸ਼ਨ। ਹੋਟਲ ਇੰਡਸਟਰੀ ਹੈ, ਅਗਰ ਜਿਸ ਤਰ੍ਹਾਂ ਤੁਹਾਡੀ ਕੁਆਲੀਫਿਕੇਸ਼ਨ ਬਹੁਤ ਜ਼ਿਆਦਾ ਨਹੀਂ ਹੈ, ਅਕੈਡਮਿਕਲੀ ਬਹੁਤ ਜ਼ਿਆਦਾ ਅੱਛੇ ਨਹੀਂ ਹੋ, ਤੁਸੀਂ ਹੋਟਲ ਇੰਡਸਟਰੀ, ਹੋਟਲ ਮੈਨੇਜਮੈਂਟ, ਇਸ ਤਰ੍ਹਾਂ ਦੇ ਕੋਰਸਿਸ ਜੁਆਇਨ ਕਰ ਸਕਦੇ ਹੋ। ਔਰ ਇਹਦੇ ਵਿੱਚ ਅਪੋਰਚੁਨਿਟੀਜ਼ ਬਹੁਤ ਜ਼ਿਆਦਾ ਨੇ। ਜਿਹੜਾ ਬੰਦਾ ਕੁਕਿੰਗ ਜਾਣਦਾ ਹੈਗਾ ਉਹ ਕਦੀ ਭੁੱਖਾ ਨਹੀਂ ਮਰ ਸਕਦਾ। ਤੁਸੀਂ ਗੱਲ ਇਹ ਹੈਗੇ, ਬਹੁਤ ਸਾਰੇ ਲੋਕ ਹੱਥ ਦਾ ਕੰਮ ਕਰਨਾ ਨਹੀਂ ਚਾਹੁੰਦੇ, ਕੰਮ ਕਰਕੇ ਖੁਸ਼ ਹੀ ਨਹੀਂ ਹੈਗੇ, ਉਹ ਕਹਿੰਦੇ ਨੇ ਬਸ ਏਸੀ ਕਮਰੇ 'ਚ ਬਿਠਾ ਕੇ ਜੋ ਹੈ ਕਿ ਸਭ ਕੁਝ ਆ ਜਾਏ। ਔਰ ਸਾਰੀ ਦੁਨੀਆ ਦੇ ਏਸੀ ਕਮਰੇ 'ਚ ਬੈਠ ਕੇ ਨਹੀਂ ਕਰ ਸਕਦੀ। ਜਿਸ ਤਰ੍ਹਾਂ ਹੁਣ ਮੈਂ ਸਟੀਲ ਪਲਾਂਟ ਤੋਂ ਕੰਮ ਕੀਤਾ 30 ਸਾਲ, ਸਟੀਲ ਪਲਾਂਟ ਦੀ ਬੜੀ ਸਟਰਗਲ ਹੈਗੀ, ਉੱਥੇ ਧੁੱਪ, ਛਾਂ, ਗਰਮੀ, 70 ਡਿਗਰੀ ਦੇ ਵਿੱਚ ਕੰਮ ਕਰਨਾ ਪੈਂਦਾ। ਪਰ ਉਹਦੇ ਨਾਲ ਕੋਈ ਬੰਦਾ ਬਿਮਾਰ ਨਹੀਂ ਹੁੰਦਾ, ਬੰਦਾ ਕੰਮ ਕਰਕੇ ਤੰਦਰੁਸਤ ਹੀ ਹੁੰਦਾ। ਜੇ ਏਸੀ 'ਚ ਬੈਠੇ ਰਹੋਗੇ ਬਿਮਾਰੀਆਂ ਜ਼ਿਆਦਾ ਲੱਗਣਗੀਆਂ। ਅਤੇ ਬਾਕੀ ਜਿਹੜੇ ਹੁਣ ਜਿਸ ਤਰ੍ਹਾਂ ਲੋਕ ਨੇ, ਜਿਸ ਤਰ੍ਹਾਂ ਤੁਸੀਂ ਹੁਣ ਕੈਰੀਅਰ ਸਿਲੈਕਟ ਕਰਨਾ, ਕੈਰੀਅਰ ਔਰ ਕੋਰਸਿਸ ਦਾ ਬੜਾ ਲਿੰਕ ਹੈਗਾ। ਜੇ ਤੁਸੀਂ 10ਵੀਂ 'ਚ ਪੜ੍ਹਦੇ ਹੋ ਤਾਂ ਤੁਹਾਨੂੰ ਹੁਣ ਫਿਊਚਰ ਪਲਾਨ ਕਰਨਾ ਹੈ ਕਿ ਤੁਸੀਂ 12th ਕੀ ਕੋਰਸ ਕਰਨਾ ਹੈ, ਹੁਣੇ ਤੋਂ ਪਲੈਨਿੰਗ ਸ਼ੁਰੂ ਕਰਦੇ ਹੋ। ਜੇ ਤੁਸੀਂ 12th ਆਰਟਸ ਕੀਤੀ ਹੈ ਤਾਂ ਤੁਹਾਨੂੰ ਅਲੱਗ ਸਟ੍ਰੀਮਸ ਹੈਗੀਆਂ ਨੇ। ਜੇ ਤੁਸੀਂ ਡਿਫੈਂਸ ਫੋਰਸਿਸ ਜਾਣਾ ਚਾਹੁੰਦੇ ਹੋ, ਆਰਮੀ 'ਚ ਹੈਗੇ ਨੇ ਲੋ ਲੈਵਲ ਤੋਂ ਬੰਦੇ ਨੇ, ਏਅਰਫੋਰਸ ਦੇ ਵਿੱਚ ਹੁਣ ਐਡਵਰਟੀਜ਼ਮੈਂਟ ਨਿਕਲੀਆਂ ਸੀ, ਉਹਨਾਂ ਨੇ ਮਾਲੀ ਲਏ ਨੇ, ਮਾਲੀ ਦੀ ਤਨਖਾਹ 60,000 ਰੁਪਇਆ। ਅੱਜ ਕੱਲ੍ਹ ਗੌਰਮੈਂਟ ਜੋਬ ਦੇ ਵਿੱਚ ਬੜੇ ਪੈਸੇ ਹੈਗੇ ਨੇ। ਔਰ ਛੋਟੇ ਲੈਵਲ 'ਤੇ ਵੀ ਤੁਸੀਂ ਭਰਤੀ ਹੋ ਜਾਓ, ਉਸ ਤੋਂ ਬਾਅਦ ਅਗਰ ਫਰਦਰ ਪੜ੍ਹ ਵੀ ਸਕਦੇ ਹੋ ਅਤੇ ਅੱਗੇ ਵੱਧ ਸਕਦੇ ਹੋ। ਮੈਂ ਕੁਛ ਤੁਹਾਨੂੰ ਸੈਕਟਰਸ ਦੇ ਬਾਰੇ ਸੈਕਟਰ ਬਾਈ ਸੈਕਟਰ ਦੱਸ ਰਿਹਾ ਹੈਗਾ, ਸਾਰੇ ਸੈਕਟਰ ਦੇ ਕਵਰ ਕਰਨੇ ਮੁਸ਼ਕਲ ਨੇ। ਅਸੀਂ ਬਾਅਦ ਵਿੱਚ ਇੱਕ ਕੋਸ਼ਿਸ਼ ਕਰਾਂਗੇ ਕੈਟਲੋਗ ਬਣ ਜਾਏ, ਅਤੇ ਕੈਟਲੋਗ ਵਿੱਚ ਹਰ ਸੈਕਟਰ ਦੇ ਬਾਰੇ ਡਿਟੇਲ ਹੋਣਗੀਆਂ ਕਿ ਉਹ ਸੈਕਟਰ ਵਿੱਚ ਤੁਸੀਂ ਐਂਟਰ ਕਰਨਾ ਚਾਹੁੰਦੇ ਹੋ ਅਤੇ ਕਿਸ ਤਰ੍ਹਾਂ ਦੀ ਤੁਹਾਨੂੰ ਕੁਆਲੀਫਿਕੇਸ਼ਨ ਲੈਣੀ ਹੈ, ਕਿੱਥੋਂ ਲੈਣੀ ਹੈ, ਟ੍ਰੇਨਿੰਗ ਕਿੱਥੋਂ ਹੋਏਗੀ, ਔਰ ਤੁਹਾਨੂੰ ਜੋਬ ਕਿੱਥੇ ਮਿਲਣਗੇ। ਇੱਕ ਸੈਕਟਰ ਜਿਸ ਤਰ੍ਹਾਂ ਐਵੀਏਸ਼ਨ ਸੈਕਟਰ, ਐਵੀਏਸ਼ਨ ਮਤਲਬ ਜਹਾਜ਼ ਸੈਕਟਰ, ਜਹਾਜ਼ਾਂ ਦਾ ਸੈਕਟਰ ਜਿਹੜਾ ਹੈਗਾ, ਇੱਥੇ ਜਿਸ ਤਰ੍ਹਾਂ ਹੁਣ ਤੁਸੀਂ ਬਹੁਤ ਹਾਈਲੀ ਕੁਆਲੀਫਾਈਡ ਹੋ ਤਾਂ ਤੁਸੀਂ ਪਾਇਲਟ ਬਣ ਸਕਦੇ ਹੋ। ਪਾਇਲਟ ਦੀ ਕੁਆਲੀਫਿਕੇਸ਼ਨ ਜ਼ਿਆਦਾ ਨਹੀਂ ਹੈ, 12ਵੀਂ ਪਾਸ ਹੈ ਜਾਂ ਗ੍ਰੈਜੂਏਸ਼ਨ ਹੈ, ਮਗਰ ਉਹਦੀ ਇੱਕ ਸਕਿੱਲ ਹੁੰਦੀ ਹੈ, ਉਹ ਤੁਸੀਂ ਸਕਿੱਲ ਸੈੱਟ ਦਾ ਐਗਜ਼ਾਮ ਦਿਓਗੇ। ਔਰ ਟ੍ਰੇਨਿੰਗ ਸੈਂਟਰਸ ਹੈਗੇ ਨੇ ਪੂਰੇ ਇੰਡੀਆ ਦੇ ਵਿੱਚ, ਦਿੱਲੀ ਵਿੱਚ ਵੀ ਹੈਗਾ, ਗੁੜਗਾਓਂ 'ਚ ਵੀ ਹੈਗਾ, ਉੱਥੇ ਤੁਸੀਂ ਪਾਇਲਟ ਦੀ ਟ੍ਰੇਨਿੰਗ ਲੈ ਕੇ ਪਾਇਲਟ ਬਣ ਸਕਦੇ ਹੋ। ਉੱਥੋਂ ਸਾਡਾ ਕੋਰਸ ਮਹਿੰਗਾ ਹੁੰਦਾ ਹੈ, ਅਤੇ ਜਿਨ੍ਹਾਂ ਬੱਚਿਆਂ ਕੋਲ ਫੰਡਸ ਹੈਗੇ ਨੇ ਉਹ ਪਾਇਲਟ ਬਣ ਸਕਦੇ ਨੇ। ਔਰ ਇੱਕ ਏਅਰ ਟ੍ਰੈਫਿਕ ਕੰਟਰੋਲਰ ਹੁੰਦਾ ਹੈ ਜਿਹੜਾ ਜਹਾਜ਼ਾਂ ਨੂੰ ਦੱਸਦਾ ਕਿ ਹੁਣ ਤੁਸੀਂ ਲੈਂਡ ਕਰ ਦਿਉ ਜਾਂ ਹੁਣ ਤੁਸੀਂ ਟੇਕ ਆਫ ਕਰ ਦਿਉ। ਇਹ ਸਭ ਗਾਈਡੈਂਸ ਹੁੰਦੀ ਹੈ, ਰਡਾਰ ਸਿਸਟਮ ਨੂੰ ਸਟੱਡੀ ਕਰਕੇ ਉਹਨਾਂ ਨੂੰ ਸਾਰਾ ਦਿਨ ਮੋਨੀਟਰ ਕਰਨਾ ਪੈਂਦਾ। ਅਤੇ ਉਹ ਬੜਾ ਰਿਸਪੈਕਟੇਬਲ ਕੰਮ ਹੈਗੇ ਨੇ। ਅਗਰ ਤੁਹਾਡੇ ਕੋਲ ਹੋਰ ਘੱਟ ਪੈਸੇ ਨੇ ਤਾਂ ਤੁਸੀਂ ਮੈਨੇਜਰ ਬਣ ਸਕਦੇ ਹੋ, ਔਰ ਹੋਰ ਤਰ੍ਹਾਂ ਦੇ ਸਕਿੱਲ ਐਵੀਏਸ਼ਨ ਸੈਕਟਰ ਇੰਪਲਾਈ ਕਰਦਾ। ਹਰ ਏਅਰਕ੍ਰਾਫਟ 'ਚ ਏਅਰ ਕੰਡੀਸ਼ਨਿੰਗ ਹੁੰਦੀ ਹੈ, ਏਅਰ ਕੰਡੀਸ਼ਨਿੰਗ ਨੂੰ ਮੇਨਟੇਨ ਕਰਨਾ, ਇਹ ਬੜੀ ਵੱਡੇ। ਜਿਸ ਬੰਦੇ ਨੇ ਏਅਰ ਕੰਡੀਸ਼ਨਿੰਗ ਦਾ ਕੋਰਸ ITI ਤੋਂ ਕਰ ਲਿਆ,
ਉਹ ਹਰ ਇੰਡਸਟਰੀ 'ਚ ਐਂਟਰ ਕਰ ਸਕਦਾ ਹੈ, ਕਿਉਂਕਿ ਦੁਨੀਆ ਦੇ ਹਰ ਇੰਡਸਟਰੀ ਯਾਰ ਹਰ ਆਫਿਸ ਵਿੱਚ ਏਅਰ ਕੰਡੀਸ਼ਨ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਕਿਸੇ ਚਲੇ ਜਾਓ, ਏਅਰ ਕੰਡੀਸ਼ਨ ਜਿਹੜਾ ਕਿਸੇ ਨੂੰ ਏਅਰ ਕੰਡੀਸ਼ਨ ਠੀਕ ਕਰਨਾ ਆ ਜਾਏ, ਉਹਨੂੰ ਜੋਬ ਦੀ ਕੋਈ ਕਮੀ ਨਹੀਂ ਹੈ, ਜੋਬ ਢੂੰਡਣ ਨਹੀਂ, ਨੌਕਰੀ ਉਹਨੂੰ ਢੂੰਡਦੀ ਹੈ। ਇਸੀ ਤਰ੍ਹਾਂ ਏਅਰ ਟਿਕਟਿੰਗ ਹੈ, ਜਾਂ ਫਿਰ ਕਰਿਊ ਅਗਰ ਬਿਲਕੁਲ ਹੀ ਕੁਆਲੀਫਾਈਡ ਨਹੀਂ ਹੈ, ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ, ਸਪੈਸ਼ਲੀ ਫਾਰ ਗਰਲਸ ਏਅਰ ਹੋਸਟਿਸਿਸ ਦੀ ਇੰਸਟੀਚਿਊਟਸ ਖੁੱਲ੍ਹੇ ਹੋਏ ਨੇ, ਉਹ ਏਅਰ ਹੋਸਟਿਸ ਜੁਆਇਨ ਕਰ ਸਕਦੀਆਂ ਨੇ, ਜਿਹਦੇ ਜੋਬ ਵੀ ਆਸਾਨੀ ਨਾਲ ਮਿਲ ਜਾਂਦੇ ਨੇ ਔਰ ਸੈਲਰੀਜ਼ ਵੀ ਬਹੁਤ ਅੱਛੀਆਂ ਨੇ। ਔਰ ਏਅਰ ਟਿਕਟਿੰਗ ਹੈ, ਅਸਿਸਟੈਂਟ ਹੈ, ਔਰ ਜ਼ਿਆਦਾ ਕੰਪਲੈਕਸ ਜੋਬ ਵਿੱਚ ਐਵੀਓਨਿਕਸ ਹੈ, ਨੈਵੀਗੇਸ਼ਨ ਸਰਵੇਲੈਂਸ ਹੈ, ਇਹ ਥੋੜ੍ਹੇ ਜਿਹੇ ਹਾਈਟੈਕ ਜੋਬ ਹੈਗੇ ਨੇ, ਲੋ ਟੈਕ ਵੀ ਹੈਗੇ ਨੇ, ਹਾਈਟੈਕ ਵੀ ਹੈਗੇ ਨੇ, ਮੀਡੀਅਮ ਟੈਕਨੋਲੋਜੀ ਹੈਗੇ ਨੇ, ਬਹੁਤ ਜ਼ਿਆਦਾ ਬ੍ਰਿਲੀਅੰਟ ਸਟੂਡੈਂਟ ਵਾਸਤੇ ਹੈਗੇ ਨੇ, ਬਹੁਤ ਪੜ੍ਹਾਈ 'ਚ ਵੀਕ ਵਾਸਤੇ, ਉਹਨਾਂ 'ਚ ਵੀ ਜੋਬ ਨੇ। ਸਿਰਫ ਤੁਹਾਨੂੰ ਇੱਕ ਗਾਈਡੈਂਸ ਚਾਹੀਦੀ ਹੈ, ਗਾਈਡੈਂਸ ਦੀ ਬਹੁਤ ਸਖ਼ਤ ਜ਼ਰੂਰਤ ਹੈ ਕਿ ਕਿਹੜੀ ਸਟਰੀਮ ਚੂਜ਼ ਕਰਨੀ ਹੈ, ਨਹੀਂ ਤਾਂ ਬੱਚੇ ਜਿਹੜੇ ਨੇ ਕਨਫਿਊਜ਼ ਰਹਿੰਦੇ ਨੇ ਕਿ ਅਸੀਂ ਕਿੱਥੇ ਜਾਈਏ ਅਤੇ ਕਿਹੜਾ ਕੋਰਸ ਸਿਲੈਕਟ ਕਰੀਏ। ਇਸੀ ਤਰ੍ਹਾਂ ਐਜੂਕੇਸ਼ਨ ਯੂਨੀਵਰਸਿਟੀ, ਤੁਸੀਂ ਦੇਖਿਆ ਹੋਏਗਾ ਕਿ ਹਰ ਜੋ ਲੇਡੀਜ਼ ਵਾਸਤੇ ਖਾਸ ਕਰੇ ਟੀਚਿੰਗ ਜੋਬ ਬਹੁਤ ਜ਼ਿਆਦਾ ਹੈਗੀਆਂ ਨੇ, ਤਾਂ ਟੀਚਿੰਗ ਵਾਸਤੇ ਬੀ ਐਡ ਕਰਨੀ ਹੈ ਜਾਂ ਯੂਨੀਵਰਸਿਟੀ 'ਚ, ਅੱਛਾ ਬਹੁਤ ਜ਼ਿਆਦਾ ਅਕੈਡਮਿਕ ਪਰਫਾਰਮੈਂਸ ਬ੍ਰਿਲੀਅੰਟ ਹੈ ਤਾਂ ਯੂਨੀਵਰਸਿਟੀ 'ਚ ਕੰਮ ਕਰਨਾ ਹੈ। ਅੱਜ ਕੱਲ੍ਹ ਇੱਕ ਪੈਰਾਮੈਡੀਕਲ ਸੈਕਟਰ ਨਵਾਂ ਖੁੱਲ੍ਹਿਆ, ਪੈਰਾਮੈਡੀਕਲ ਹੈ ਮਤਲਬ ਟੈਕਨੀਸ਼ੀਅਨਸ, ਜਿਸ ਤਰ੍ਹਾਂ ਹਰ ਹੋਸਪਿਟਲ ਵਿੱਚ ਹਰ ਕਾਲਜ 'ਚ ਮਤਲਬ ਪੈਰਾਮੈਡੀਕਲ ਟੈਕਨੀਸ਼ੀਅਨਸ ਹੁੰਦੇ ਨੇ, ਐਕਸਰੇ ਜਿਹੜੇ ਫੋਟੋ ਖਿੱਚਦੇ ਨੇ ਐਕਸਰੇ ਟੈਕਨੀਸ਼ੀਅਨ, ਰੇਡੀਓਲੋਜੀ ਟੈਕਨੀਸ਼ੀਅਨ, ਐੱਮ ਆਰ ਆਈ ਟੈਕਨੀਸ਼ੀਅਨ, ਡਾਇਲੈਸਿਸ ਜਿਹੜੇ ਕਰਦੇ ਹਨ ਜਿਨ੍ਹਾਂ ਦੀ ਕਿੰਨੀਆਂ ਪੇਸ਼ੈਂਟ ਦੀ ਫੇਲ ਹੁੰਦੀਆਂ ਉਹਦੇ ਟੈਕਨੀਸ਼ੀਅਨ, ਨਰਸਿੰਗ ਦੇ ਕੋਰਸ ਨੇ, ਫਾਰਮੇਸੀ ਦੇ ਕੋਰਸ ਨੇ, ਤਾਂ ਇਹ ਕੋਰਸਿਸ ਨੇ। ਇਹ ਮੋਹਾਲੀ ਦੇ ਵਿੱਚ ਦੋ ਇੰਸਟੀਚਿਊਟ ਹੈਗੇ ਨੇ, ਇੱਕ ਸੈਕਟਰ 74 ਵਿੱਚ ਹੈ, ਦੂਸਰਾ ਉਹਦੇ ਨਾਲ ਹੀ ਹੈਗਾ ਇੱਕ ਮਹਿੰਦਰਾ ਇੰਸਟੀਚਿਊਟ ਹੈ, ਉਹ ਤੁਹਾਨੂੰ ਇੱਕ ਬੜੇ ਘੱਟ ਫੀਸ ਦੇ ਉੱਤੇ ਇੱਕ ਸਾਲ ਜਾਂ ਦੋ ਸਾਲ ਦਾ ਕੋਰਸ ਹੈ ਉਹ ਦੇ ਸਕਦਾ। ਉਹਦੇ ਬਾਅਦ ਤੁਹਾਨੂੰ ਹਸਪਿਟਲ ਵਿੱਚ ਨੌਕਰੀਆਂ ਲੱਭਣ 'ਚ ਕੋਈ ਦਿੱਕਤ ਨਹੀਂ ਹੈ, ਇਹ ਬੜਾ ਹਾਈ ਪੋਟੈਂਸ਼ੀਅਲ ਏਰੀਆ, ਇਹਦੇ ਵਿੱਚ ਬਾਹਰ ਵੀ ਨੌਕਰੀਆਂ ਬਹੁਤ ਜ਼ਿਆਦਾ ਨੇ ਔਰ ਜੋ ਟ੍ਰੇਨਡ ਬੰਦੇ ਨੇ ਉਹਨਾਂ ਦੀ ਕਮੀ ਹੋਣ ਕਰਕੇ, ਅਗਰ ਜਿਹੜੇ ਐਜੂਕੇਸ਼ਨ ਜਿਹੜੇ ਇਮੀਗ੍ਰੇਸ਼ਨ ਸਪੈਸ਼ਲਿਸਟ ਨੇ ਉਹ ਤੁਹਾਨੂੰ ਇਮੀਡੀਏਟਲੀ ਜੋਬ ਢੂੰਡ ਦੇ ਦੇਣਗੇ। ਸੋ ਤੁਹਾਨੂੰ ਬਸ ਬੇਸਿਕ, ਬਾਹਰ ਵੀ ਬੰਦੇ ਕਹਿੰਦੇ ਤੁਸੀਂ ਐਕਸਪੀਰੀਅੰਸ ਲੈ ਕੇ ਆਓ, ਥੋੜ੍ਹਾ ਬਹੁਤ ਟ੍ਰੇਨਿੰਗ ਲੈ ਕੇ ਆਓ, ਬਿਨਾਂ ਟ੍ਰੇਨਿੰਗ ਦੇ ਰਾਹ ਬੰਦੇ ਚਲੇ ਜਾਓ ਅਤੇ ਉੱਥੇ ਸੀਵੀ ਜਾਂ ਟਰੱਕ ਜਾਂ ਟੈਕਸੀ ਚਲਾਓਗੇ, ਪਰ ਟ੍ਰੇਨਡ ਹੋ ਕੇ ਜਾਓਗੇ ਅਤੇ ਤੁਹਾਨੂੰ ਆਰਾਮ ਰਹੇਗਾ ਨੌਕਰੀ ਢੂੰਡਣ ਵਾਸਤੇ। ਅੱਛਾ, ਇੱਕ ਆਇਆ ਨੋਟ, ਇਹਦੇ ਕੀ ਆਈ, ਸਾਡੇ 60-70% ਨੇ ਅਤੇ ਸਾਡੇ ਨਾਲ ਕਿਹੜਾ ਪ੍ਰੋਫੈਸ਼ਨ ਵਧੀਆ ਰਹੇਗਾ। ਦੇਖੋ ਇਹਦੇ 'ਚ ਤੁਸੀਂ ਬਰਾਡਲੀ ਕੈਟਾਗਰਾਈਜ਼ ਕਰ ਲਓਗੇ, ਡਿਟੇਲ ਤੁਹਾਨੂੰ ਅਸੀਂ ਬਾਅਦ ਵਿੱਚ ਨਾ ਸਰਕੂਲਰ ਵੀ ਦੇ ਦਿਆਂਗੇ, ਪ੍ਰੋਫੈਸ਼ਨ ਵਾਈਜ਼ ਚੂਜ਼ ਤੁਸੀਂ ਆਪਣੇ ਆਪ ਵੀ ਚੂਜ਼ ਕਰ ਸਕਦੇ ਹੋ। ਫਿਲਹਾਲ ਤੁਹਾਨੂੰ ਮੈਂ ਇਹ ਦੱਸ ਸਕਦਾ, ਜਿਸ ਤਰ੍ਹਾਂ ਅਗਰ ਤੁਸੀਂ 60-70% ਮਾਰਕਸ ਨੇ, ਤੁਸੀਂ ਮੈਡੀਕਲ ਪ੍ਰੋਫੈਸ਼ਨ ਚੂਜ਼ ਕਰ ਸਕਦੇ ਹੋ। ਮੈਡੀਕਲ ਵਿੱਚ ਤੁਹਾਨੂੰ ਦੱਸਿਆ ਕਿ ਅਗਰ ਤੁਸੀਂ ਸਟ੍ਰੀਮ ਵਿੱਚ ਨਹੀਂ ਹੋ ਬਾਇਓਲੋਜੀ 'ਚ, ਫਿਰ ਵੀ ਤੁਸੀਂ ਪੈਰਾਮੈਡੀਕਲ ਵਿੱਚ ਜਾ ਸਕਦੇ ਹੋ, ਜਿਹੜੇ ਤੁਹਾਨੂੰ ਮੈਂ ਹੁਣੇ ਕੋਰਸਿਸ ਦੱਸੇ ਇਹ ਅਟੈਂਡ ਕਰ ਸਕਦੇ ਹੋ। ਅਗਰ ਬਾਇਓ ਨਹੀਂ ਵੀ ਲਈ ਤਾਂ ਨਰਸਿੰਗ ਵੀ ਜਾ ਸਕਦੇ ਹੋ, ਫਾਰਮੇਸੀ ਬੜਾ ਅੱਛੀ ਲਾਈਨ ਹੈ, ਹਾਂ ਦਵਾਈਆਂ ਦੀ ਇੰਨੀ ਜ਼ਰੂਰਤ ਹੈ, ਹਰ ਕੰਪਨੀ ਜਿਹੜੀ ਦਵਾਈਆਂ ਬਣਾਉਂਦੀ ਹੈ, ਤੁਸੀਂ ਆਪਣਾ ਬਿਜ਼ਨਸ ਵੀ ਕੈਮਿਸਟ ਦਾ ਸਟਾਰਟ ਕਰ ਸਕਦੇ ਹੋ। ਅੱਜ ਕੱਲ੍ਹ ਕੈਮਿਸਟ ਦਾ ਕੰਮ ਵੀ ਸਟਾਰਟ ਕਰਨਾ ਹੋਏ ਤਾਂ ਫਾਰਮੇਸੀ ਦੀ ਡਿਗਰੀ ਹੋਣਾ ਬਹੁਤ ਜ਼ਰੂਰੀ ਹੈ, ਅਤੇ ਫਾਰਮੇਸਿਸਟ ਹੋ ਜਾਓ, ਨਰਸਿੰਗ ਦਾ ਕੋਰਸ ਕਰ ਲਓ ਜਾਂ ਪੈਰਾਮੈਡੀਕਲ ਦਾ ਕੋਰਸ ਕਰ ਲਓ ਜਾਂ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਲਓ, ਜਿਹੜੇ ਪੈਥੋਲੋਜੀ ਲੈਬਸ ਨੇ, ਬਲੱਡ ਟੈਸਟ ਕਰਦੇ ਨੇ, ਜਾਂ ਦੂਸਰੇ ਦੂਸਰੇ ਟੈਸਟ ਕਰਦੇ ਨੇ, ਇਹ ਸਾਰੇ ਜਿਹੜੇ ਨੇ ਕੋਰਸਿਸ ਜਿਹੜੇ ਅਵੇਲੇਬਲ ਹੈਗੇ ਨੇ। ਇਹਨਾਂ ਦੇ ਇੰਸਟੀਚਿਊਟ ਦੀ ਡਿਟੇਲ ਤੁਹਾਨੂੰ ਅਸੀਂ ਬਾਅਦ ਹੀ ਦੇ ਦਾਂਗੇ ਕਿ ਕਿੱਥੋਂ ਕਿੱਥੋਂ ਤੁਹਾਨੂੰ ਟ੍ਰੇਨਿੰਗ ਮਿਲ ਸਕਦੀ ਹੈ। ਟ੍ਰੇਨਿੰਗ ਬਹੁਤ ਜ਼ਰੂਰੀ ਹੈ, ਸਕਿੱਲ ਔਰ ਟ੍ਰੇਨਿੰਗ ਦੋ, ਅਗਰ ਤੁਹਾਡੇ ਕੋਲ ਟ੍ਰੇਨਿੰਗ ਔਰ ਸਕਿੱਲ ਹੈਗੀ ਤਾਂ ਫਿਰ ਤੁਹਾਨੂੰ ਇੰਨਾ ਭਟਕਣ ਦੀ ਜ਼ਰੂਰਤ ਨਹੀਂ ਹੈਗੀ। ਹਾਂ, ਮਾਈਕਰੋਬਾਇਓਲੋਜੀ ਦਾ ਸਕੋਪ ਹੈ, ਇੰਡੀਆ ਦੇ ਵਿੱਚ ਹੈ, ਅੱਛੀ ਲਾਈਨ ਹੈ, ਆਉਣ ਵਾਲੇ ਟਾਈਮ ਵਿੱਚ ਐਗਰੀਕਲਚਰ ਸੈਕਟਰ ਵਿੱਚ ਵੀ ਹੈਗੀ ਇਹਦੇ ਵਿੱਚ ਔਰ ਦੂਸਰੇ ਸੈਕਟਰਸ ਵਿੱਚ ਹੀ, ਕੈਮੀਕਲ ਇੰਡਸਟਰੀ ਵੀ ਕੁਛ ਮਾਈਕਰੋਬਾਇਓਲੋਜੀ ਅਪਲਾਈ ਕਰੀ, ਔਰ ਸਪੈਸ਼ਲੀ ਇੱਕ ਅਪਕਮਿੰਗ ਸੈਕਟਰ ਜਿਹੜਾ ਹੈ ਫੂਡ ਇੰਡਸਟਰੀ ਹੈ, ਜਿਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਖਾਸ ਕਰਕੇ ਜਿਹੜੇ ਬੱਚੇ ਪੰਜਾਬ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਉਹਨਾਂ ਵਾਸਤੇ ਫੂਡ ਟੈਕਨੋਲੋਜੀ ਇੰਡਸਟਰੀ ਬਹੁਤ ਅੱਛੀ ਹੈ। ਫੂਡ ਟੈਕਨੋਲੋਜੀਸ ਬਣ ਜਾਓ ਅਤੇ ਜਿਹੜੇ ਜਿਹੜੇ ਪ੍ਰੋਸੈਸਿੰਗ ਯੂਨਿਟਸ ਨੇ ਪੰਜਾਬ ਵਿੱਚ ਨਵੀਆਂ ਲੱਗਣਗੀਆਂ ਜਾਂ ਫਰੋਜ਼ਨ ਫਰੂਟਸ ਨੇ, ਜਿਸ ਤਰ੍ਹਾਂ ਦੇਖੋ ਟਮਾਟਰ ਦੀ ਜਿਹੜੀ ਕੀਮਤ ਹੈ 10 ਰੁਪਏ ਤੋਂ ਲੈ ਕੇ 80 ਰੁਪਏ ਤੱਕ ਜਾਂਦੀ ਹੈ, ਤਾਂ ਜਿਹੜਾ ਬੰਦਾ ਟਮਾਟਰ ਨੂੰ ਪ੍ਰੋਸੈਸ ਕਰਕੇ ਉਹਦੀ ਕੈਚਅਪ ਬਣਾ ਕੇ ਰੱਖੇਗਾ ਉਹਨੂੰ ਕਿੰਨਾ ਫਾਇਦਾ ਹੋਏਗਾ। ਤਾਂ ਇਹ ਮਤਲਬ ਇਹ ਜਿਹੜਾ ਸੈਕਟਰ ਹੈ
फूड सेक्टर ये बड़ा अपकमिंग सेक्टर है, डेयरी है, पोल्ट्री है, हनी है, मसाला देखो एमडीएच मसाला वाला सिर्फ मसाले के उत्तर कितने पहुँच गया है, मेज सेक्टर है और कुछ नहीं, एक बाहर की कंपनी दो गरेवाल करके आटा है, उन्होंने सिर्फ बाहर ऑस्ट्रेलिया जाके कणक पिसा के आटा पैक करके बेचना शुरू करता है, उधर जी उन्होंने इन्ना फायदा हो गया करोड़ों अरबों रुपये उन्होंने कमा लिया सिर्फ आटा बेचन से। तो ये सैक्टर जोड़ा है ये भी तुम इंप्लायमेंट जिस तरह विरका है, पैपसी है, कोका कोला है, हिंदुस्तान लिवर है, मिल्क फूड है, आइसक्रीम फैक्ट्रिया ने, ये इन इंप्लायमेंट इंप्लायमेंट मिल सकती है एक्चुअली थोड़ा जा। अच्छा हम नॉन मेडिकल तो बाद अगे की है, नॉन मेडिकल तो बाद अगे तुम इन अगर बहुत थोड़े जे नॉन मेडिकल दे विच देखो इस तरह है, नॉन मेडिकल तो ओशन हैगा, मेडिकल विच ते फिर भी थोड़ी लिमिट्स होंगी, हर इंडस्ट्री नॉन मेडिकल विच है, नॉन मेडिकल भी तुहानू अकाउंटेंसी है, अकाउंटेंसी का तुसीं काम कर सकते हो, उहदे विच नॉन मेडिकल लीगल लॉ स्टडी कर सकते हो, नॉन मेडिकल इंजीनियरिंग कर सकते हो, नॉन मेडिकल से स्किल्ड आईटीआई के कोर्सेज जोड़ने दस्से जिहड़े और स्पेशलाइज्ड इंस्टीट्यूट्स कर सकते हो, ये हर सैक्टर सानू असी कैटलॉग बना के तुहानू देंगे, तुहानू थोड़े दिन बाद थोड़ा वेट करनी होएगी, तुहानू सब कैटलॉग सब मिल जाएगा, जे तुहानू अपने आप अपना प्रोफेशन देख सकते हो कि तुहाडी ए क्वालिफिकेशन है, तुसी कित्थे कित्थे जा सकते हो। एक क्वेश्चन आया एस्ट्रोनॉमी के उत्ते, एस्ट्रोनॉमी बन सकते हो, देखो ये बड़े हाईली हाई रिसर्च एरिया ने, एस्ट्रोनॉमी हो गया, स्पेस टेक्नोलॉजी हो गया, एरोस्पेस हो गया, एशियन सेक्टर हो गया, ये बड़े हाई टेक ने, तो इतने वास्ते बहुत हाई एकेडमिक क्वालिफिकेशन की जरूरत चाहती है, अगर कोई के मैं कल्पना चावला चावला बनना चाहती हाँ तो वास्ते उन्होंने बहुत सख्त पढ़ाई की मेहनत करनी पेगी, ता ही वो सक्सैसफुल हो गया। देखो हर चीज़ स्टैप बाय स्टैप जाना है, तुसी एक दिन भी कुछ नहीं बन सकते, थोड़ा टाइम नाल अगे बढ़ सकते हो, पर अपनी जड़ा एकेडमिक परस्यूट विच जो आप एक सी प्रोफेशन के पिछे लग गए उन्होंने छोड़ो नहीं, फिर उदे विच तुसी अगे मतलब मेहनत करते रहो। नॉन मेडिकल के बारे में तुम दस देगा कि ये मेरे को इन्नी वड्डी लिस्ट है, पढ़ के सुनानी मुश्किल है, तो आज पंजाब भी देखो वेयरहाउसिंग सैक्टर है, फूड डिस्ट्रीब्यूशन सैक्टर है, स्टोरेज सैक्टर है, ट्रांसपोर्ट सैक्टर है, और बाहर भी इन्हें होर सैक्टर ने, ऑयल एक्सप्लोरेशन है, शिपिंग सैक्टर है, तो शिपिंग इंडस्ट्री जा सकते हो, तो इहदा कोई अंत नहीं हैगा, ये इन्नी शॉर्ट टाइम में सब दसना मुश्किल है, पर तुहानू मैं कैटलॉग के थ्रू सानू आस्ता आस्ता सारे मैसेज मिल जाएंगे। कंबाइंड डिफेंस सर्विसिज, अच्छा क्वेश्चन है, कंबाइंड डिफेंस सर्विसिज का स्टाफ सिलेक्शन कमीशन होंदा है, वो एक एग्जाम लेंदा है, वो एग्जाम की डेट इंटरनेट पर आती है, उसी स्टाफ सिलेक्शन कमीशन अगर तुसी एक बारी एग्जाम पास कर लोगे तो तुहानू बहुत सारी प्राप्तियां हो जाएगियां, गवर्नमेंट के बहुत सारे सैक्टर हैं तुहानू ऑटोमैटिक नौकरियां मिल जाएगियां, इस एग्जाम नूं जरूर जरूर तुसी मेहनत करके क्लीयर करने की कोशिश करो, जिहड़े बच्चे पढ़ाई जो थोड़े जी 67% 60-70% वाले ने उस स्टाफ सिलेक्शन कमीशन का एग्जाम दे के किथे ना किथे गवर्नमेंट की नौकरी मिल जाएगी। अगर तुसी कोई बाई चांस अगर तुसी SC ST कैटेगरी जो तो गवर्नमेंट की नौकरी तो सब तो वधिया है, तुहानू नौकरी आसानी मिल गई, रिजर्वड कैटेगरी जॉब्स बहुत ज़्यादा ने, कंपटीशन बहुत घट है। IPS या IAS, देखो IPS IAS बनने वास्ते तुहानू बेसिक ग्रेजुएशन की जरूरत है और उस तो बाद मेहनत हैगी, बहुत सारे इंस्टीट्यूट्स ने जिहड़े IAS और IPS की ट्रेनिंग देंदे ने, PCS की ट्रेनिंग है, बहुत ही वधिया लाइन है, और तुसी ए जिहड़ा तीन चार साल मेहनत करके ग्रेजुएशन की डिग्री मिनिमम है और ग्रेजुएट बन के IPS या IPS अपने माँ प्यो का सपना पूरा कर सकते हो, बहुत ही अच्छी लाइन है। BCA जो है बैचलर ऑफ कंप्यूटर एजुकेशन, वो बहुत ही अच्छी लाइन हैगी, ये भी और MCA भी कर सकते हो, और हर इंडस्ट्री उसे बेस्ट BCA करके तुम फाइनेंस सैक्टर जा सकते हो, फाइनेंस सैक्टर एक बहुत ही बड़ा सैक्टर हैगा,
ਹਰ ਕੰਪਨੀ ਛੋਟੀ ਹੋਏ ਵੱਡੀ ਹੋਏ ਉਹਦੇ ਵਿੱਚ ਫਾਈਨੈਂਸ ਦੀ ਜ਼ਰੂਰਤ ਹੈ। ਫਾਈਨੈਂਸ ਦੇ ਬਿਨਾਂ ਤਾਂ ਕੋਈ ਕੰਪਨੀ ਚੱਲਦੀ ਨਹੀਂ ਹੈ, ਚਾਹੇ ਛੋਟਾ ਮੋਟਾ ਪੈਟਰੋਲ ਪੰਪ ਹੀ ਹੋਏ, ਦੁਕਾਨ ਹੋਏ, ਬਿਜ਼ਨਸ ਹਾਊਸ ਹੋਏ, ਇੰਡਸਟਰੀ ਹੋਏ, ਗੌਰਮੈਂਟ ਦੀ ਹਰ ਡਿਪਾਰਟਮੈਂਟ ਦੇ 'ਚ ਹਰ ਜਗ੍ਹਾ 'ਚ ਫਾਈਨੈਂਸ ਦੀ ਜ਼ਰੂਰਤ ਹੈ। ਅਤੇ ਫਿਰ ਮੈਂ ਹਾਈਟੈਕ ਸੈਕਟਰ ਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਆਂ ਫਿਰ, ਕਿਉਂਕਿ ਹਾਈਟੈਕ ਸੈਕਟਰ ਵਿੱਚ ਅਗਰ ਤੁਸੀਂ ਅੱਛੇ ਬਾਇਓ ਲਈਏ, ਤੁਹਾਡੇ ਅੱਛੇ ਮਾਰਕਸ ਨੇ, ਤੁਸੀਂ ਡਾਕਟਰੀ ਲਾਈਨ ਨੂੰ ਡਾਕਟਰ ਬਣ ਸਕਦੇ ਹੋ, ਡੈਂਟਿਸਟ ਬਣ ਸਕਦੇ ਹੋ, ਫਾਰਮਾ ਸੈਕਟਰ ਵੀ ਜਾ ਸਕਦੇ ਹੋ। ਫਾਰਮਾ ਸੈਕਟਰ ਜੋ ਹੈ ਉਹ ਬਹੁਤ ਹੀ ਅਪਕਮਿੰਗ ਸੈਕਟਰ ਹੈ। ਦਵਾਈਆਂ ਅੱਜ ਕੱਲ੍ਹ ਦੇਖੋ ਕਿ ਹਰ ਦਵਾਈ ਦੀ ਕੀਮਤ ਕਿੰਨੀ ਜ਼ਿਆਦਾ ਹੋ ਗਈ ਹੈ, ਔਰ ਜਿਸ ਤਰ੍ਹਾਂ ਨਾਲ ਫਾਰਮਾ ਸੈਕਟਰ ਇੰਡੀਆ 'ਚ ਵੱਧ ਰਹੀ ਹੈ, ਇਹਦਾ ਐਕਸਪੋਰਟ ਓਰੀਐਂਟਡ ਇੰਡਸਟਰੀਜ਼ ਵੀ ਬੜੀਆਂ ਹੈਗੀਆਂ ਨੇ। ਹਿਮਾਚਲ ਪ੍ਰਦੇਸ਼ ਵਿੱਚ ਫਾਰਮਾ ਸੈਕਟਰ ਬੜੀ ਹੈ, ਪੰਜਾਬ ਵਿੱਚ ਵੀ ਥੋੜ੍ਹੀ ਜਿਹੀ ਇੰਡਸਟਰੀ ਹੈਗੀ, ਦਿੱਲੀ ਦੇ ਨੇੜੇ ਤੇੜੇ ਨੌਰਥ ਇੰਡੀਆ ਵਿੱਚ ਫਾਰਮਾ ਸੈਕਟਰ ਵਿੱਚ ਬਹੁਤ ਇੰਡਸਟਰੀ ਹੈਗੀ ਜਿਹੜੀ ਕਿ ਤੁਹਾਨੂੰ ਫਾਰਮਰ ਸੈਕਟਰ ਵਿੱਚ ਹੈਲਪ ਕਰ ਸਕਦੀ। ਫਾਰਮਰ ਸੈਕਟਰ ਵੀ ਬਹੁਤ ਅਪਕਮਿੰਗ ਹੈ, ਆਸਾਨ ਹੈ, ਜ਼ਿਆਦਾ ਮੁਸ਼ਕਲ ਨਹੀਂ ਹੈ। ਇਹ ਬਾਇਓ ਵਾਲੇ ਵਾਸਤੇ ਬਹੁਤ ਅੱਛੀ ਲਾਈਨ ਹੈ, ਇਹਨੂੰ ਤੁਸੀਂ ਪਰਸਿਊ ਕਰ ਸਕਦੇ ਹੋ। ਹੁਣ ਡਾਕਟਰ ਦੇ ਵਿੱਚ ਅੱਜ ਕੱਲ੍ਹ ਬੜੀ ਸਪੈਸ਼ਲਾਈਜੇਸ਼ਨ ਹੈਗੀ ਹਰ ਫੀਲਡ ਵਿੱਚ। ਦੇਖੋ ਹੁਣ ਨਿਊਰੋ ਦਾ ਡਾਕਟਰ ਹੈ, ਉਹ ਇੱਕ ਇੱਕ ਸਰਜਰੀ ਦੇ ਦੋ ਦੋ ਤਿੰਨ ਤਿੰਨ ਲੱਖ ਰੁਪਇਆ ਲੈਂਦਾ ਹੈਗਾ, ਔਰ ਸਰਜਰੀ ਜਿਹੜੀ ਹੈ ਅਗਰ ਤੁਸੀਂ ਸਰਜਨ ਬਣ ਜਾਓ ਤੁਹਾਡੀ ਇੰਡੀਆ 'ਚ ਵੀ ਬੜੀ ਵਾਹਵਾ ਹੈ। ਐਸਾ ਨਹੀਂ ਹੈ, ਸਰਜਰੀ ਅਗਰ ਥੋੜ੍ਹੀ ਥੋੜ੍ਹੀ ਸਕਿੱਲ ਹੈਗੀ ਤੁਸੀਂ ਸਰਜਰੀ ਲਾਈਨ ਲੈ ਸਕਦੇ ਹੋ, ਔਰ ਬਹੁਤ ਮੁਸ਼ਕਲ ਲਾਈਨ ਨਹੀਂ ਹੈ, ਔਰ ਇਹਦੇ ਵਿੱਚ ਬਹੁਤ ਅੱਗੇ ਵੱਧ ਸਕਦੇ ਹੋ। ਹਰ ਤਰ੍ਹਾਂ ਦਾ ਸਕਿਨ ਸਰਜਰੀ ਹੈ, ਨਿਊਰੋ ਸਰਜਰੀ ਹੈ, ENT ਸਰਜਰੀ ਹੈ, ਔਰ ਜਨਰਲ ਮੈਡੀਸਨ ਫਿਜ਼ੀਸ਼ੀਅਨ ਹੈ, ਔਰ ENT ਸਪੈਸ਼ਲਿਸਟ ਹੈ, ਨਿਊਰੋ ਫਿਜ਼ੀਸ਼ੀਅਨ ਹੈ, ਆਈ ਸਪੈਸ਼ਲਿਸਟ ਹੈ, ਕਲੀਨਿਕਲ ਨਰਸਿੰਗ ਹੈ, ਐਕਿਊਟ ਕੇਅਰ ਦੇ ਵਿੱਚ ਬੜਾ ਹੈਗਾ, ਨਰਸਿੰਗ ਦੇ ਵਿੱਚ ਬਹੁਤ ਸਕੋਪ ਹੈਗਾ। ਨਰਸਿੰਗ ਦੇ ਵਿੱਚ ਬਾਹਰ ਨਰਸਿਸ ਦੀ ਬੜੀ ਡਿਮਾਂਡ ਹੈ, ਕੇਰਲਾ ਤੋਂ ਹਜ਼ਾਰਾਂ, ਇੱਕ ਸਟੇਟ ਹੈ ਇੰਡੀਆ 'ਚ ਕੇਰਲਾ 'ਚ, ਤੋਂ ਹਜ਼ਾਰਾਂ ਦੀ ਤਾਦਾਦ 'ਚ ਨਰਸਿਸ USA ਔਰ ਕੈਨੇਡਾ ਜਾਂਦੀਆਂ ਨੇ, ਔਰ ਬੜੇ ਆਰਾਮ ਨਾਲ ਬੜੀ ਹਾਈ ਪੇਡ ਨੌਕਰੀਆਂ ਮਿਲਦੀਆਂ ਨੇ। ਤੋ ਨਰਸਿੰਗ ਵਿੱਚ ਤੁਹਾਨੂੰ ਅਪੋਰਚੁਨਿਟੀ ਹੈ, ਔਰ ਇੱਕ ਸੈਕਟਰ ਹੈ ਜਿਸ ਤਰ੍ਹਾਂ ਮੈਡੀਕਲ ਲਾਈਨ ਅਨੈਸਥੀਜ਼ੀਆ ਸੈਕਟਰ, ਇਹਦੇ ਵਿੱਚ ਬੜੀ ਹੈ। ਪੈਥੋਲੋਜੀਕਲ ਲੈਬਸ ਇੰਨੀਆਂ ਭਰਪੂਰ ਹੈਗੀਆਂ ਨੇ, ਹਰ ਜਗ੍ਹਾ ਜਗ੍ਹਾ ਪੈਥੋਲੋਜੀਕਲ ਲੈਬ ਨੇ, ਉੱਥੇ ਤੁਹਾਨੂੰ ਆਪਣੀ ਲੈਬ ਵੀ ਖੋਲ੍ਹ ਸਕਦੇ ਹੋ ਤੁਸੀਂ ਬਾਅਦ 'ਚ ਐਕਸਪੀਰੀਅੰਸ ਹੋ ਕੇ, ਅਤੇ ਤੁਹਾਨੂੰ ਇਹਦੇ 'ਚ ਕੋਈ ਅਨਲਿਮਿਟਿਡ ਸਕੋਪ ਹੈਗਾ। ਹੁਣ ਮੈਂ ਗੱਲ ਕਰਾਂਗਾ PSU ਦੀ। PSU ਦੇ ਵਿੱਚ ਦੇਖੋ, ਜਾਂ ਡਿਫੈਂਸ ਦੇ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਦੇ ਜੋਬਸ ਨੇ, ਇਹਨਾਂ ਸਭ ਜੋਬਸ ਦੇ ਵਿੱਚ ਐਗਜ਼ਾਮਸ ਹੁੰਦੇ ਰਹਿੰਦੇ ਨੇ ਟਾਈਮ ਟੂ ਟਾਈਮ। ਇੰਟਰਨੈਟ ਦੇ ਵਿੱਚ ਪੂਰੀ ਇਨਫੋਰਮੇਸ਼ਨ ਹੈਗੀ, ਮੈਂ ਅਸੀਂ ਤੁਹਾਨੂੰ ਵੈਬਸਾਈਟ ਵੀ ਦੱਸ ਦਿਆਂਗੇ ਜੇ ਤੁਸੀਂ ਆਪਣੇ ਆਪ ਆਪਣੇ ਨੌਕਰੀਆਂ ਢੂੰਡੋ, ਤੁਹਾਨੂੰ ਕਿਸੇ 'ਤੇ ਡਿਪੈਂਡ ਕਰਨ ਦੀ ਜ਼ਰੂਰਤ ਨਹੀਂ ਹੈ। ਗੂਗਲ 'ਤੇ ਸਰਚ ਕਰੋ, ਆਪਣੀ ਨੌਕਰੀ ਆਪ ਢੂੰਡੋ, ਔਰ ਟਾਈਪ ਕੀ ਕਰਨਾ ਹੈ ਤੁਹਾਨੂੰ ਸਭ ਤੁਹਾਡੇ ਇੰਸਟ੍ਰਕਟਰ ਦੱਸ ਦੇਣਗੇ ਕਿ ਕਿਸ ਤਰ੍ਹਾਂ ਨੌਕਰੀ ਢੂੰਡਣੀ ਹੈ, ਕਿਹੜੀ ਵੈਬਸਾਈਟ ਨੂੰ ਦੇਖਣਾ ਹੈ, ਅਤੇ ਕਿਹੜੇ ਕਿਹੜੇ ਤੁਹਾਨੂੰ ਜਿਹੜੇ ਸਪੈਸ਼ਲਾਈਜ਼ ਏਰੀਆਜ਼ ਨੇ, ਕਿੱਥੇ ਕਿੱਥੇ ਜੋਬ ਲਏ। ਅਸੀਂ ਨੈੱਟ 'ਤੇ ਗੂਗਲ 'ਤੇ BSF ਟਾਈਪ ਕਰੋਗੇ, ਤੁਹਾਨੂੰ ਗੌਰਮੈਂਟ ਦੇ ਕਈ ਜੋਬ ਦੋਗੇ, ਤੁਹਾਨੂੰ ਇੰਡੀਅਨ ਗੌਰਮੈਂਟ, ਸੈਂਟਰਲ ਗੌਰਮੈਂਟ ਜੋਬਸ ਗੂਗਲ 'ਤੇ ਟਾਈਪ ਕਰੋਗੇ, ਤੁਹਾਨੂੰ ਇੰਡੀਅਨ ਸੈਂਟਰਲ ਗੌਰਮੈਂਟ ਜੋਬਸ ਆ ਜਾਣਗੇ। ਫਰੈਸ਼ਰ ਅਲਾਈਵ ਵਰਲਡ ਹੈ, fresherworld.com ਹੈ, fresherlife.com ਹੈ, ਇਹ ਵੈਬਸਾਈਟਸ ਹੈਗੀਆਂ ਨੇ ਜਿੱਥੇ ਤੁਹਾਨੂੰ ਡੇਲੀ ਬੇਸ 'ਤੇ ਨੌਕਰੀਆਂ ਜਿਹੜੀਆਂ ਆ ਰਹੀਆਂ ਨੇ ਉਹ ਮਿਲਦੀਆਂ ਨੇ, ਹਰ ਰੋਜ਼ ਨਵੀਆਂ ਨੌਕਰੀਆਂ ਮਿਲਦੀਆਂ ਨੇ। ਬੈਂਕਿੰਗ ਸੈਕਟਰ ਬੜਾ ਵੱਡਾ ਸੈਕਟਰ ਹੈ, ਬੈਂਕਿੰਗ ਦੇ ਵਿੱਚ SBI ਹੈ, ਬੈਂਕ ਆਫ ਬੜੌਦਾ ਹੈ, RBI ਹੈ, ICIC ਬੈਂਕ ਹੈ, ਇਹਦੇ ਵਿੱਚ ਬੜਾ ਹੈ। ਇੰਸ਼ੋਰੈਂਸ ਸੈਕਟਰ ਇੱਕ ਬਹੁਤ ਵੱਡਾ ਸੈਕਟਰ ਹੈ, ਇੰਸ਼ੋਰੈਂਸ HDFC ਲਾਈਫ ਇੰਸ਼ੋਰੈਂਸ ਹੈ, ICIC ਲੰਬਾਰਡ ਹੈ, ICIC ਇੰਸ਼ੋਰੈਂਸ ਹੈ, ਔਰ ਹੋਰ ਤਰ੍ਹਾਂ ਦੀ ਬੜੀ LIC ਹੈ, ਇੱਥੇ ਦੀ ਨੌਕਰੀਆਂ ਬੜੀਆਂ ਮਿਲ ਜਾਂਦੀਆਂ ਨੇ। ਔਰ ਤੁਹਾਨੂੰ ਸਿਰਫ ਸਰਚ ਕਰਨ ਦੀ ਜ਼ਰੂਰਤ ਹੈ, ਬਹੁਤ ਸਾਰਿਆਂ ਨੂੰ ਇਹੀ ਬੱਚਿਆਂ ਨੂੰ ਪਤਾ ਨਹੀਂ ਕਿ ਸਰਚ ਕਿੱਥੇ ਕਰਨੀ ਹੈ ਅਤੇ ਕੀ ਸਰਚ ਕਰਨਾ ਹੈਗਾ, ਉਹ ਤੁਹਾਨੂੰ ਵੈਬਸਾਈਟ ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹਾਂ। ਤੁਸੀਂ ਆਪਣੀਆਂ ਨੌਕਰੀਆਂ ਆਪ ਹੀ ਢੂੰਡੋ, ਬਲਕਿ ਦੂਸਰਿਆਂ ਨੂੰ ਵੀ ਗਾਈਡ ਕਰੋਗੇ। ਉਹ ਬੰਦਾ ਉਹ ਹੈਗਾ ਕਿ ਆਪਣੇ ਆਪ ਪ੍ਰੋਫੈਸ਼ਨ 'ਤੇ ਹੋਏ ਵੀ ਸਕਸੈਸਫੁਲ, ਔਰ ਨਾਲ ਦੂਸਰੇ ਬੰਦਿਆਂ ਨੂੰ ਵੀ ਇੰਪਲਾਏ ਕਰੇ, ਇਸ ਤਰ੍ਹਾਂ ਦੀ ਆਪਣੇ ਆਪ ਨੂੰ ਡਿਵੈਲਪਮੈਂਟ ਕਰੋ। ਹੁਣ ਜਿਸ ਤਰ੍ਹਾਂ ਬਾਕੀ ਸੈਕਟਰਸ ਮੈਂ ਫੈਕਟਰੀ ਇੰਡਸਟਰੀ ਦੱਸਦਾਂ, ਟਾਈਮ ਹੈ ਨਾ, ਕਿੰਨਾ ਟਾਈਮ? ਅੱਛਾ ਠੀਕ ਹੈ। ਅਤੇ ਜਿਸ ਤਰ੍ਹਾਂ ਹੁਣ ਮਿਨਿਸਟਰੀਜ਼ ਦੇ ਵਿੱਚ ਜੋਬ ਨੇ, ਬੜੀ ਅੱਛੀ ਜੋਬਸ ਹੈਗੀਆਂ ਨੇ, ਸੈਂਟਰਲ ਪੰਜਾਬ ਗੌਰਮੈਂਟ ਦੇ ਜੋਬ ਨੇ, ਪੁਲਿਸ ਦੇ ਵਿੱਚ ਜੋਬ ਨੇ, ਇਹਦੇ ਤੁਹਾਨੂੰ ਸਭ ਪਤਾ ਹੀ ਹੋਣਾ ਚਾਹੀਦਾ।
ਔਰ ਹਾਈਟੈਕ ਏਰੀਆ ਦੇ ਵਿੱਚ ਜਿਹੜੇ ਜੋਬ ਨੇ ਉਹ ਥੋੜ੍ਹਾ ਦੂਰ ਨੇ, ਪੋਸਟਲ ਸਰਵਿਸਿਜ਼ ਬੜੀ ਇੰਪਲੋਇਮੈਂਟ ਹੈਗੀ, ਆਈ ਟੀ ਇੰਡਸਟਰੀ ਤੁਹਾਨੂੰ ਸਭ ਨੂੰ ਪਤਾ ਹੈ, ਮਾਈਕਰੋਸ ਇਨਫੋਸਿਸ ਹੈ, ਟੀ ਸੀ ਐੱਸ ਹੈ, ਵਿਪਰੋ ਹੈ, ਇਹ ਬੜੇ ਹਾਈਲੀ ਪੇਡ ਔਰ ਹਾਈਟੈਕ ਜੋਬਸ ਹੈਗੇ ਨੇ ਜਿਨ੍ਹਾਂ ਬੱਚਿਆਂ ਦੀ ਅਕੈਡਮਿਕ ਆਪਣੇ ਆਪ ਨੂੰ ਕੈਟੇਗਰਾਈਜ਼ ਕਰ ਲਓ, ਬਈ ਮੇਰੀ ਕੁਆਲੀਫਿਕੇਸ਼ਨ ਬਹੁਤ ਹਾਈ ਹੈ ਤਾਂ ਮੈਂ ਇਸ ਚਲਾ ਜਾਵਾਂਗਾ, ਮੇਰੀ ਕੁਆਲੀਫਿਕੇਸ਼ਨ ਐਵਰੇਜ ਹੈ ਤਾਂ ਮੈਂ ਇੱਧਰ ਚਲਾਵਾਂਗਾ, ਮੇਰੀ ਕੁਆਲੀਫਿਕੇਸ਼ਨ ਲੋ ਹੈ ਤਾਂ ਮੇਰੇ ਕੋਲ ਏਜ ਅਵੇਲੇਬਲ ਹੈਗੇ ਨੇ, ਤਾਂ ਕੋਈ ਵੀ ਕੁਆਲੀਫਿਕੇਸ਼ਨ ਹੋਏ, ਬਹੁਤ ਜ਼ਿਆਦਾ ਇੰਟੈਲੀਜੈਂਟ ਬੱਚਾ ਹੈ ਉਹਨੂੰ ਵੀ ਨੌਕਰੀਆਂ ਮਿਲ ਜਾਂਦੀਆਂ ਨੇ, ਜਿਹੜਾ ਬਹੁਤ ਘੱਟ ਇੰਟੈਲੀਜੈਂਟ ਹੈ ਉਹਦੇ ਵਾਸਤੇ ਨੌਕਰੀਆਂ ਦੀ ਕੋਈ ਕਮੀ ਨਹੀਂ ਹੈ, ਸਿਰਫ ਤੁਸੀਂ ਆਪਣਾ ਪ੍ਰੋਪਰ ਗਾਈਡਲਾਈਨ ਫੋਲੋ ਕਰਨਾ ਹੈ ਔਰ ਆਪਣੇ ਆਪ ਨੂੰ ਸਕਿੱਲ ਔਰ ਟ੍ਰੇਨਿੰਗ ਵਿੱਚ ਕਰਨਾ ਹੈਗਾ। ਇਸ ਤਰ੍ਹਾਂ ਗੌਰਮੈਂਟ ਦੇ ਬਹੁਤ ਸਾਰੇ ਡਿਪਾਰਟਮੈਂਟ ਨੇ, ਤਾਂ ਇਹਦਾ ਕੋਈ ਅੰਤ ਨਹੀਂ ਹੈਗਾ, ਇੱਥੇ ਹੁਣ ਮੈਂ ਤੁਹਾਨੂੰ ਇੰਨਾ ਕੁਝ ਦੱਸ ਚੁੱਕਿਆ, ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।